ਆਪ ਨੂੰ ਜਦੋਂ ਇਹ ਪਤਾ ਲੱਗਾ ਕਿ ਜਿਹੜਾ ਵੀ ਧਰਮ ਦਾ ਪ੍ਰਚਾਰ ਕਰਦਾ ਉਸ ਦੇ ਉੱਤੇ ਪੰਜਾਬ ਦੇ ਵਿੱਚ ਇਸ ਤਰ੍ਹਾਂ ਦੇ ਕਾਤਲਾਨਾ ਹਾਲੇ ਹੁੰਦੇ ਆ ਤੇ ਤੁਹਾਡੇ ਮਨ ਦੇ ਵਿੱਚ ਕੀ ਸੋਚ ਬਣੀ ਸਰ ਇੱਕ ਨੇਕ ਇਨਸਾਨ ਜਿਹੜਾ ਨਿੱਕੀਅਰ ਨਿੱਕੀ ਦਾ ਰਾਹ ਦੱਸਦਾ ਆਇਆ ਹੈ ਮੈਂ ਇਹਨਾਂ ਬਾਬਾ ਜੀ ਦੀਆਂ ਵਟਸਐਪ ਤੇ ਜਿੰਨੀ ਨੀਕੀ ਦੀਆਂ ਲਫ਼ਜ਼ਾਂ ਨੂੰ ਮੈਂ ਸੁਣਦਾ ਆਇਆ ਹਾਂ ਅਰ ਮੈਂ ਇਹਨਾਂ ਦੀ ਸੱਚਾਈ ਨੂੰ ਹਮੇਸ਼ਾ ਈ ਮੈਂ ਆਪਣੀ ਤਰ ਮਹੀਲੀ ਨਹੀਂ ਸਾਰੇ ਤਰ ਮਾ ਲਿਖਿਆ ਨਾ ਕਿ ਕੱਚਾ ਮੈਸੇਜ ਆਂਦੇ ਸੀ ਜਦ ਇਸ ਤਰ੍ਹਾਂ ਦਾ ਕੋਈ ਕਾਰਨਾਮਾ ਕਰਦਾ ਹੈ ਇਸ ਕਾਰਨਾਮੇ ਚ ਉਹ ਉਹਦਾ ਕਰੈਕਟਰ ਨਜ਼ਰ ਨਹੀਂ ਆਉਂਦਾ ਉਹਦੇ ਅੰਦਰ ਦਾ ਮੈਂ ਨਜ਼ਰ ਆ ਰਿਹਾ ਹੈ ਜਿਹੜਾ ਕਿ ਸਾਨੂੰ ਸਾਨੂੰ ਸਿੱਖੀਜ਼ਮ ਦੇ ਹੁੰਦੇ ਹੋਏ ਲਫ਼ਜ਼ ਕਾਹਾਂਗਾ ਕਿ ਉਹਨੇ ਸਿੱਖੀਜ਼ਮ ਦੀ ਬੇਇੱਜ਼ਤੀ ਕੀਤੀ ਹੈ ਔਰ ਉਹ ਬੰਦੇ ਜਿਹੜੇ ਬੰਦੇ ਧਰਮ ਦੇ ਨਾਂ ਤੇ ਕਿਸੇ ਗੱਲ ਨੂੰ ਇਹਨਾਂ ਨੂੰ ਕੋਈ ਗੱਲ ਕਹਿਣਗੇ ਮੈਂ ਸਮਝਦਾ ਹਾਂ ਆਪ ਮਾੜੇ ਹੋਣਗੇ ਹਾਂਜੀ ਬਸ ਮੇਰਾ ਇਹਨਾਂ ਲਈ ਸਾਡੀ ਤਾਂ ਇਹਨਾਂ ਦੇ ਪ੍ਰਤੀ ਦਿਲ ਹੀ ਰਿਗਾਰਡ ਹੈ ਅਸੀਂ ਮਲੇਰ ਕੁੜਲੇ ਨਿਵਾਸੀ ਪਟਿਆਲੇ ਦੇ ਨਿਵਾਸੀ ਆ ਪਿੰਡ ਉੱਥੋਂ ਰਹਿਣ ਵਾਲੇ ਆ ਅਸੀਂ ਕੋਈ ਪੋਲੀਟਿਕਲੀ ਨਹੀਂ ਸਾਡਾ ਦਿਲ ਕਹਿ ਰਿਹਾ ਹੈ ਸਾਡੀ ਕੱਚੇ ਇਨਸਾਨ ਲਈ ਜਾਈਏ ਅਰੋ ਦੇ ਲਈ ਦੁਆ ਕਰੀਏ ਸਰ ਜਿਸ ਤਰ੍ਹਾਂ ਸਰਕਾਰ ਹੈ ਸਰਕਾਰ ਨੂੰ ਵੀ ਕਿਤੇ ਨਾ ਕਿਤੇ ਉਹ ਜਿਹੜੇ ਮਲਜ਼ਮ ਹੈਗੇ ਆ ਲੱਭ ਕੇ ਤੇ ਜਿੱਦਾਂ ਤੁਹਾਡੀਆਂ ਭਾਵਨਾਵਾਂ ਹੈ ਸੰਤਾਂ ਦੇ ਪ੍ਰਤੀ ਉਹਨਾਂ ਨੂੰ ਸਾਹਮਣੇ ਨਹੀਂ ਲਿਆਉਣਾ ਚਾਹੁੰਦਾ ਤੁਸੀਂ ਇਸ ਗੱਲ ਨੂੰ ਮਹਿਸੂਸ ਕਰਦੇ ਹੋ ਕਿ ਦੇਰੀ ਹੋ ਰਹੀ ਹੈ ਇਹ ਦੇਰੀ ਜਿਹੜੀ ਤੁਸੀਂ ਗੱਲ ਕਹਿ ਰਹੇ ਹੋ ਮੈਂ ਥੋੜੀ دیر ਪਹਿਲਾਂ ਥੋੜੀ ਗੱਲ ਨਾਲ ਸਹਿਮਤ ਹੋਵਾਂਗਾ ਕਿ ਇੱਥੇ ਪੋਲੀਟੀਕਲੀ ਲੀਡਰ ਨੌ ਨਹੀਂ ਲਵਾਗਾ ਸਾਰੇ ਆ ਚੁੱਕੇ ਨੇ ਸਾਰਿਆਂ ਨੇ ਉਹ ਸ਼ਾਇਦ ਪਤਾ ਨਹੀਂ ਕਿਹੜੇ ਡਰਾਮੇ ਕੀਤੇ ਹੋਣ ਜਾਂ ਕੀ ਹੋਣਾ ਕੀਤੇ ਨਹੀਂ ਕੀਤਾ ਲੇਕਿਨ ਦਿਲੋਂ ਇਹ ਕਹਿਣਾ ਕਿ ਅਗਰ ਚਾਹੋ ਤਾਂ ਕੁਝ ਦੇਰ ਨਹੀਂ ਲੱਗਦੀ ਟਾਈਮ ਨਹੀਂ ਲੱਗਦਾ ਕਿ ਇਹਨਾਂ ਕਾਤਲਾਂ ਨੂੰ ਉਹਨਾਂ ਜ਼ੁਲਮ ਕਰਨ ਵਾਲਿਆਂ ਨੂੰ ਨਾ ਫੜਿਆ ਜਾ ਸਕੇ ਇਹਦੀ ਕਿਤੇ ਨਾ ਕਿਤੇ ਮੈਂ ਸਮਝਾਂਗਾ ਜੋ ਤੁਸੀਂ ਗੱਲ ਸਾਡੇ ਨਾਲ ਸਹਿਮਤ ਅਸੀਂ ਸਾਰੇ ਉਸ ਗੱਲ ਨਾਲ ਕਹਾਂਗੇ ਕਿ ਇਹਦੇ ਵਿੱਚ ਦੇਰੀ ਹੋ ਰਹੀ ਹੈ ਔਰ ਕਮਜ਼ੋਰੀ ਹੈ ਉਹ ਪੰਜਾਬ ਸਰਕਾਰ ਦੀ ਕਮਜ਼ੋਰੀ ਹੈ ਯਾ ਸਮਝੋ ਸਾਡੀ ਪੁਲਿਸ ਦੀ ਕਮਜ਼ੋਰੀ ਹੈ ਯਕੀਨੀ ਹੈ ਉਹ ਇਸ ਵਿੱਚ ਕਮੀ ਕਿਤੇ ਨਾ ਕਿਤੇ ਹੈ ਜਿਹੜਾ ਇਹਨਾਂ ਡੇਲੇ ਕੀਤਾ ਜਾ ਰਿਹਾ ਹੈ ਤੁਸੀਂ ਮੁਸਲਮਾਨ ਧਰਮ ਨੂੰ ਬਿਲੋਂਗ ਕਰਦੇ ਹੋ ਲੇਕਿਨ ਇੱਥੇ ਇਹ ਲੱਗਾ ਸਰਬ ਧਰਮ ਦੀ ਇੱਕ ਮਿਸਾਲ ਤੁਸੀਂ ਪੇਸ਼ ਕਰ ਰਹੇ ਹੋ ਕਿੰਨਾ ਕੁ ਦਰਦ ਹੋਇਆ ਸੀ ਜਦੋਂ ਤੁਹਾਨੂੰ ਇਹ ਵਾਕਿਆ ਪਤਾ ਲੱਗਾ ਸਰ ਹੁਣ ਰੋ ਕੇ ਵੀ ਹੌ ਲਫ਼ਜ਼ ਨਹੀਂ ਕੱਢ ਸਕਦਾ ਅੱਥੂ ਨਹੀਂ ਕੱਢ ਸਕਦਾ ਦਰਦ ਇਸ ਅੱਛੇ ਇਨਸਾਨ ਲਈ ਹੋਇਆ ਸੀ ਇਸ ਅੱਛੇ ਇਨਸਾਨ ਲਈ ਜਿਹੜਾ ਧਰਮ ਦੇ ਨਾਂ ਤੇ ਕਦੇ ਨਫ਼ਰਤ ਨਹੀਂ ਫੈਲਾਉਂਦਾ ਜਿਸ ਨੇ ਸਿੱਖੀ ਜ਼ਮਨੂ ਗਿਆਨ ਦਿੱਤਾ ਸਿੱਖਿਜ਼ਮ ਕੀ ਹੈ ਕੁਈ ਐਸਾ ਤਰਮਹਸ ਸਰਬਤ ਪਲਾ ਮੰਗਦਾ ਕਦੇ ਕੋਈ ਹੈ ਪੰਗਤ ਚ ਬਿਠਾ ਕੇ ਕਿਸੇ ਨੂੰ ਇਹ ਕਹੇ ਕਿ ਆ ਮੁਸਲਮਾਨੇ ਨੂੰ ਬਾਹਰ ਕਰ ਦਿਓ ਜਾਂ ਹਿੰਦੂ ਨੂੰ ਬਾਹਰ ਕਰ ਦਿਓ ਇਹ ਵੀ ਰਿਜ ਜ਼ਬਾਤਨ ਇਨਾਂ ਪ੍ਰਤੀ ਅਸੀਂ ਉਸ ਅੱਲਾਹ ਤੋਂ ਵਾਹਿਗੁਰੂ ਤੋਂ ਉਸ ਦੋਨੋਂ ਜਹਾਂ ਦੇ ਮਾਲਕ ਤੋਂ ਇਹ ਦੁਆ ਕਰਦੇ ਹਾਂ ਇਹਨਾਂ ਨੂੰ ਲੰਬੀ ਉਮਰ ਦੇਵੇ ਲੰਬੀ ਉਮਰ ਦੇਵੇ ਔਰ ਉਹ ਕਾਤਲ ਨੂੰ ਪੰਜਾਬ ਸਰਕਾਰ ਨੂੰ ਚਾਹੀਦਾ ਹੈ ਜਿੰਨੀ ਜਲਦੀ ਹੋ ਸਕੇ ਇਹਨਾਂ ਨੂੰ ਫੜ ਕੇ ਦੱਸਿਆ ਜਾਵੇ ਕਿ ਇਹਦਾ ਪਰਪਸ ਕੀ ਸੀ ਮੇਰੇ ਕੋ ਸ਼ੁਕਰੀਆ ਕੋਈ ਸ਼ੁਕਰੀਆ ਨਹੀਂ ਸਾਡੇ ਅਸ ਅچھے ਇਨਸਾਨ ਲਈ ਸਾਡੇ ਅੰਦਰ ਦਰਦ ਸੀ ਉਹਦੇ ਲਈ ਅਸੀਂ ਸਾਰਿਆਂ ਨੂੰ